महापुरशों को संत ज्ञानी गुरबचन सिंह खालसा भिंडरां वाले महापुरशों को एक सिंह कथा सिखदा ते कथा सिखदे नूं लम्मा समा हो गया कथा याद ही नहीं होंदी कथा कंठी नहीं हो रही सेंथिया भी नाल लै रही ते महापुरश वचन कर रहे कहने भाई खिच सिख चंगी तरह ते एक दिन बेनती कर दी कहने महापुरश मेरी तां भ्या होई पई आ मां भ्या इह माल मेरा शब्द प्या हो जाना मतलब हार जाना भी हुण मेरे हाथ ही खड़े ते कहने महापुरश मेरी भ्या मेनू कथा नहीं याद होंदी तुसीं कोई कृपा करो कहने चंगा हुण इउं कर भी संत बाबा ज्वाला सिंह जी हरखोवाल वाले महापुरश बोलो संत बाबा उन्हां नूं बाबा आनंद सिंह जी रब जी कह के बुलाउंदे हुंदे सी उन्हां रब जी कह के बुलाउंदे बाबा आनंद सिंह एडी भगती वाले महापुरश नूं कीती बेनती कहने जा भाई असीं नहीं करना तू जा बाबा ज्वाला सिंह जी हरखोवाल वाले महापुरश ने बड़ी बंदगी वाले आ बहुत प्रतापी महापुरश ने ते रब दे चरणां नाल रचे मिचे तो उन्हां कोले जा ते साडे कन्नी वी बेनती करी तेरे ते कृपा करनी हुण पहुंच गया उत्थे पहुंचया उत्थे ते जाके नमस्कार कीती ते कहने महापुरशो वी मेरे ते कृपा करो मैनूं महापुरशो ने भेजा महापुरशो नां लिया संत ज्ञानी गुरबचन सिंह खालसा भिंडरां वाले दास तां बार बार नां लैंदा इन्हां महापुरशां दा नां लै के वी जिहड़ी तुहाडी जीव है सुची हुंदी तुहाडी तुहाडा हिरदा पवित्र हुंदा जो इन्हां साधुआं दा नां लैंदे ਜਿਵੇਂ ਕਿਸੇ ਬਾਪੂ ਦੇ ਕੋਲੇ ਬਹਿ ਕੇ ਉਹਦੇ ਪੁੱਤਰਾਂ ਦਾ ਨਾਂ ਲਵੋ ਉਹਦੇ ਬੱਚਿਆਂ ਦਾ ਨਾਂ ਲਵੋ ਤੇ ਉਹਦੇ ਬੱਚਿਆਂ ਦੀ ਵਡਿਆਈ ਕਰੋ ਤੇ ਬਾਪੂ ਬੜਾ ਖੁਸ਼ ਹੋ ਜਾਂਦਾ ਘਰ ਦਾ ਤੇ ਇੱਧਰ ਹੁਣ ਦੇਖੋ ਗੁਰੂ ਗ੍ਰੰਥ ਸਾਹਿਬ ਖੁਸ਼ ਨਾ ਹੋਣਗੇ ਕੱਲ੍ਹ ਕੇ ਧਰਮ ਪਾਤਸ਼ਾਹ ਜਦੋਂ ਵਾਰ ਵਾਰ ਉਹਨਾਂ ਦੇ ਪਿਆਰੇ ਬਖਸ਼ੇ ਸਾਧੂਆਂ ਦਾ ਨਾਂ ਲਵਾਂਗੇ ਤੇ ਜਦੋਂ ਕੀਤੀ ਬੇਨਤੀ ਕਿ ਮੈਨੂੰ ਮਹਾਂਪੁਰਸ਼ਾਂ ਨੇ ਭੇਜਿਆ ਆਪ ਜੀ ਕੋਲੇ ਤੇ ਮੈਂ ਉਹਨਾਂ ਤੋਂ ਕਥਾ ਸਿੱਖਣਾ ਤੇ ਕਥਾ ਕੰਠ ਨਹੀਂ ਹੁੰਦੀ ਹੱਸ ਕੇ ਕਹਿੰਦੇ ਭਾਈ ਨਿਮਰਤਾ ਵਾਲੀ ਉਹਨਾਂ ਵਿੱਚ ਉਹ ਬਹੁਤ ਸਮਾਨ ਨਰਮ ਵਾਲੇ ਨੇ ਚਾਹੁਣ ਤਾਂ ਉਹ ਸਭ ਕੁਝ ਕਰ ਸਕਦੇ ਆ ਉਹਨਾਂ ਚ ਨਿਮਰਤਾ ਵਾਲੀ ਐਵੇਂ ਤੁਹਾਨੂੰ ਸਾਡੇ ਕੋਲ ਭੇਜ ਦਿੱਤੀ ਚੰਗਾ ਫਿਰ ਹੁਣ ਇਉਂ ਕਰੀ ਹੁਣ ਤੂੰ ਜਿਹੜਾ ਤੂੰ ਜਿਹੜੀ ਬਾਣੀ ਦਾ ਅੰਗ ਪੜ੍ਹ ਲਵੇਂਗਾ ਗੁਰਬਾਣੀ ਦਾ ਪੜ੍ਹਦਾ ਜਾਵੇਂਗਾ ਜਿਹੜਾ ਪੜ੍ਹਦਾ ਜਾਵੇਂਗਾ ਤੇ ਤੈਨੂੰ ਕੰਠ ਹੁੰਦਾ ਜਾਉ ਜਿਹੜੀ ਜਿਹੜੀ ਗੁਰਬਾਣੀ ਦਾ ਅੰਗ ਪੜ੍ਹਦਾ ਜਾਵੇਂਗਾ ਜਿਹੜੀ ਗੁਰਬਾਣੀ ਪੜ੍ਹੇਗਾ ਜਿਹੜੇ ਗ੍ਰੰਥ ਨੂੰ ਪੜ੍ਹੇਗਾ ਤੈਨੂੰ ਪੜ੍ਹਦਿਆਂ ਹੀ ਤੈਨੂੰ ਕੰਠ ਹੋ ਜਾਊ ਕਹਿੰਦੇ ਸੱਤ ਹੁਣ ਫਿਰ ਬਹਿ ਗਿਆ ਬੈਠੇ ਹੀ ਹਾਲ ਕੁਛ ਹਾਲੇ ਅੱਧਾ ਮਿੰਟ ਮਿੰਟ ਨਹੀਂ ਬੀਤਿਆ ਤੇ ਫਿਰ ਲੱਗ ਗਿਆ ਬੇਨਤੀ ਕਰਨ ਮਹਾਂਪੁਰਸ਼ ਇੱਕ ਬੇਨਤੀ ਕਰਨ ਦੱਸੋ ਭਾਈ ਕਹਿੰਦੇ ਮਹਾਂਪੁਰਸ਼ ਜੇ ਗੁਰੂ ਗ੍ਰੰਥ ਸਾਹਿਬ ਕੰਠ ਕਰਨਾ ਹੋਇਆ ਤਾਂ ਫਿਰ ਤਾਂ ਮਹਾਂਪੁਰਸ਼ ਮੈਨੂੰ ਹਫ਼ਤਾ ਲੱਗਣਾ ਤੇ ਮੈਂ ਚਾਹੁੰਦਾ ਕੋਈ ਕਿਰਪਾ ਇਉਂ ਕਰ ਦਿਓ ਵੀ ਛੇਤੀ ਹੋ ਜਾਵੇ ਸਾਰੀ ਬਖਸ਼ ਤੇ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਕਹਿੰਦੇ ਮਹਾਂਪੁਰਸ਼ ਕਹਿੰਦੇ ਬੰਦਾ ਬੜਾ ਖਰਾਬ ਹੋਵੇ ਤੂੰ ਚਾਹੁੰਦਾ ਛੇਤੀ ਜਿਹੜੀ ਕਿਰਪਾ ਹੋ ਜਾਵੇ ਚੰਗਾ ਫਿਰ ਹੁਣ ਇਉਂ ਕਰੀ ਮਹਾਂਪੁਰਸ਼ਾਂ ਦੀ ਸਿਫਾਰਿਸ਼ ਵੀ ਆ ਚੰਗਾ ਹੁਣ ਤੂੰ ਆਇਆ ਤੇ ਤੂੰ ਵੀ ਕੀ ਕਹੇਗਾ ਸਾਧੂ ਦੀ ਖੇਡ ਜਿਹੜੇ ਗ੍ਰੰਥ ਨੂੰ ਸੱਜਿਓ ਚੱਕ ਕੇ ਖੱਬੇ ਰੱਖ ਦਿਆ ਕਰੇਂਗੇ ਉਸੇ ਟਾਈਮ ਤੈਨੂੰ ਕੰਠ ਹੋ ਜਾ ਕਰੂ ਸਤਿ ਸ੍ਰੀ ਅਕਾਲ।